सरकार ने अलग अलग तरीके अपनाए, लेकिन जी किसान जत्थेबंदी है तुम बैठे हो, मुलाजम भी उस तरह ही डील करते हैं, भैन भरावान सू भी सू हाथ जोड़ के तोड़े सारा जी कार्रवाई सू मंजूर है। 11 मीटिंगा हुई हैं, कोई नतीजा नहीं निकलिया उसके बारे, मेरे वर्गा एक छोटा जा अदना जहा कार्यकर्ता कोई जवाब दे नहीं दे सकता, एक केंद्रशिप का काम है। कई बार की होंगे बंदा दूसरों कोई अखबारों पढ़ लिया या कोई होर टीवी से देख लिया, उन्होंने महसूस करने की बजाय जब बंदा बिच बैठा होंगे तो उन्होंने ज़्यादा महसूस कर सकता। तुहाड़ियां भावना मैं अपने केंद्र की लीडरशिप से जरूर पहुँचाऊँगा, मेरा यह तुहाडे नाल वादा है। ਵਿੱਢਿਆ ਹੋਇਆ ਔਰ ਅਸੀਂ ਵੀ ਅੱਜ ਵੀ ਸਵੇਰ ਤੋਂ ਤੁਸੀਂ ਬੈਠੇ ਹੋ, ਧੁੱਪ 'ਚ 10 ਮਿੰਟ ਵੀ ਬੈਠਣਾ ਔਖਾ ਹੈ, ਪਰ ਅਸੀਂ ਵੀ ਅੰਦਰ ਇਹੀ ਸੋਚ ਕੇ ਬੈਠੇ ਸੀ ਕਿ ਸਾਡੇ ਬਜ਼ੁਰਗੋਂ ਸਾਡੀਆਂ ਮਾਤਾਵਾਂ ਨੇ ਸਾਡੇ ਪਰਿਵਾਰ ਹੋ ਤੁਸੀਂ ਕਿਸਾਨ ਹੈ, ਜੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਾਅਦ ਕੋਈ ਆਉਂਦਾ ਤਾਂ ਸਾਡਾ ਅੰਨਦਾਤਾ ਆਉਂਦਾ, ਅਸੀਂ ਵੀ ਇਹੀ ਸੋਚ ਕੇ ਬੈਠੇ ਸੀ। ਔਰ ਪਤਾ ਨਹੀਂ ਪ੍ਰਵੀਨ ਜੀ ਆਏ ਹੋਏ ਨੇ, ਕਿੱਥੇ ਕਿੱਥੇ ਇਹਨਾਂ ਨੇ ਗੱਲ ਕੀਤੀ ਹੈ, ਕੀ ਕਰਿਆ ਔਰ ਕਲੀਅਰ ਕਰਿਆ ਵੀ ਇਕੱਲਾ ਇਕੱਲਾ ਕਿਸਾਨ ਸੜਕ 'ਤੇ ਬੈਠਾ, ਕੋਈ ਅਸੀਂ ਇਸ ਗੱਲ ਨੂੰ ਇਗਨੋਰ ਨਹੀਂ ਕਰਦੇ, ਕੋਈ ਗੱਲ ਨੂੰ ਗਲਤ ਨਹੀਂ ਕਹਿੰਦੇ। ਔਰ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਦਾ, ਦੇਖੋ ਜੋ ਵੀ ਅੱਜ ਗੱਲਾਂ ਪ੍ਰਵੀਨ ਜੀ ਨੇ ਕੀਤੀਆਂ ਨੇ, ਪਹਿਲਾਂ ਤਾਂ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ, ਪ੍ਰਵੀਨ ਜੀ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਨੇ ਔਰ ਵਿਜੇ ਸਿੰਗਲਾ ਜੀ ਆਏ ਹੋਏ ਨੇ ਬਠਿੰਡੇ ਤੋਂ, ਉਹ ਵੀ ਜ਼ਿਲ੍ਹੇ ਦੇ ਇੰਚਾਰਜ ਨੇ, ਔਰ ਇਹੀ ਗੱਲਾਂ ਅੰਦਰ ਚੱਲੀ ਗਈਆਂ ਨੇ, ਸਾਰਾ ਇਹੀ ਕੁਛ ਅਸੀਂ ਕਰੀ ਗਏ ਹਾਂ, ਜਿੱਥੇ ਜਿੱਥੇ ਗੱਲ ਹੋਈ ਹੈ ਕਿ ਕੋਈ ਨਾ ਕੋਈ ਇਹੋ ਜਿਹਾ ਪਲਾਨ ਬਣੇ, ਇਹੋ ਜਿਹੀ ਗੱਲ ਬਣੇ, ਤਾਂ ਮੈਂ ਬਹੁਤਾ ਸਮਾਂ ਤਾਂ ਨਹੀਂ ਲੈਂਦਾ। ਚਲੋ ਪ੍ਰਵੀਨ ਜੀ ਆਪਦੀ ਗੱਲ ਰੱਖਣਗੇ। ਮਾਣਯੋਗ ਪ੍ਰਵੀਨ ਬਾਂਸਲ ਜੀ ਲੁਧਿਆਣੇ ਤੋਂ ਆਏ ਨੇ। ਪ੍ਰਵੀਨ ਜੀ, ਅੰਦੋਲਨ ਕੀਤਾ ਉਹਦੇ ਖਿਲਾਫ਼ ਕਿਸਾਨ ਸਰਕਾਰਾਂ ਨੇ ਅਲੱਗ ਅਲੱਗ ਤਰੀਕੇ ਅਪਣਾਏ, ਲੇਕਿਨ ਜਿਹੜੀ ਕਿਸਾਨ ਜਥੇਬੰਦੀ ਹੈ, ਤੁਸੀਂ ਬੈਠੇ ਹੋ, ਮੁਲਾਜ਼ਮ ਵੀ ਉਸ ਤਰ੍ਹਾਂ ਹੀ ਡੀਲ ਕਰਦੇ ਆ, ਭੈਣ ਭਰਾਵਾਂ ਨੂੰ ਸਾਨੂੰ ਵੀ ਸਾਨੂੰ ਹੱਥ ਜੋੜ ਕੇ ਤੁਹਾਡੇ ਸਾਰਾ ਜਿਹਦੀ ਕਾਰਵਾਈ ਸਾਨੂੰ ਮਨਜ਼ੂਰ ਹੈ। ਦੂਸਰੀ ਗੱਲ, ਸਰਕਾਰ ਨੇ ਇਹ ਸਰਕਾਰ ਤੁਹਾਡੀ ਹੈ, ਤੁਹਾਡੇ ਲਈ ਹੈ, ਤੁਹਾਡੇ ਦੁਆਰਾ ਬਣਾਈ ਹੋਈ ਹੈ, ਔਰ ਕਿਸਾਨ ਵੀਰਾਂ ਵਾਸਤੇ ਜਿਹੜੇ ਵੀ ਕਾਨੂੰਨ ਬਣਾਏ ਹੈ ਇਹ ਤੁਹਾਨੂੰ ਮਨਜ਼ੂਰ ਨਹੀਂ ਹੈ। ਔਰ ਉਸੀ ਗੱਲ ਵਾਸਤੇ 11 ਮੀਟਿੰਗਾਂ ਹੋਈਆਂ, ਕੋਈ ਨਤੀਜਾ ਨਹੀਂ ਨਿਕਲਿਆ ਉਹਦੇ ਬਾਰੇ, ਮੇਰੇ ਵਰਗਾ ਇੱਕ ਛੋਟਾ ਜਿਹਾ ਅਦਨਾ ਜਿਹਾ ਕਾਰਿਆਕਰਤਾ ਉਹਦੀ ਕੋਈ ਜਵਾਬ ਦੇ ਨਹੀਂ ਦੇ ਸਕਦਾ, ਇਹ ਕੇਂਦਰਸ਼ਿਪ ਦਾ ਕੰਮ ਹੈ। ਲੇਕਿਨ ਜੋ ਮੈਂ ਤੁਹਾਡਾ ਸੁਣਿਆ ਸਵੇਰ ਤੋਂ ਲੈ ਕੇ ਹੁਣ ਤੱਕ, ਕਈ ਵਾਰ ਕੀ ਹੁੰਦਾ ਬੰਦਾ ਦੂਸਰੋਂ ਕੋਈ ਅਖਬਾਰੋਂ ਪੜ੍ਹ ਲਿਆ ਜਾਂ ਕੋਈ ਹੋਰ ਟੀਵੀ 'ਤੇ ਦੇਖ ਲਿਆ, ਉਹਨੂੰ ਮਹਿਸੂਸ ਕਰਨ ਦੀ ਬਜਾਏ ਜਦ ਬੰਦਾ ਵਿੱਚ ਬੈਠਾ ਹੁੰਦਾ ਤਾਂ ਉਹਨੂੰ ਜ਼ਿਆਦਾ ਮਹਿਸੂਸ ਕਰ ਸਕਦਾ। ਸੋ ਅੱਜ ਮੈਂ ਉਹ ਮਹਿਸੂਸ ਕੀਤਾ, ਮੈਂ ਤੁਹਾਡੇ ਨਾਲ ਰੱਬ ਨੂੰ ਹਾਜ਼ਰ ਮੰਨ ਕੇ ਇਹ ਵਾਅਦਾ ਕਰਦਾ ਵੀ ਆਪ ਜੋ ਤੁਹਾਡੀਆਂ ਭਾਵਨਾ ਮੈਂ ਉਹ ਆਪਣੇ ਕੇਂਦਰ ਦੀ ਲੀਡਰਸ਼ਿਪ 'ਤੇ ਜ਼ਰੂਰ ਪਹੁੰਚਾਊਂਗਾ, ਮੇਰਾ ਇਹ ਤੁਹਾਡੇ ਨਾਲ ਵਾਅਦਾ। ਉਹਦੇ ਲਈ ਮੈਂ ਹਮੇਸ਼ਾ ਹਾਜ਼ਰ ਵੀ ਰਹੂੰਗਾ। ਮੈਂ ਤਾਂ ਸਵੇਰੇ ਦੇ ਸ਼ਾਂਤੀ ਨੂੰ ਕਿਹਾ ਵੀ ਕਿਸ ਨਾਲ ਬਹਿਣਾ ਅਸੀਂ ਬੈਠ ਸਕਦੇ ਹਾਂ, ਕੋਈ ਆਪਣੀ ਗੱਲ ਕਰ ਸਕਦਾ ਅਸੀਂ ਕਰ ਸਕਦੇ ਹਾਂ, ਕੋਈ ਕਾਗਜ਼ ਪੱਤਰ ਦੇਦਾ ਸੀ ਉਹ ਪਹੁੰਚਾ ਸਕਦੇ ਹਾਂ, ਕਿਉਂਕਿ ਇਹ ਤੁਸੀਂ ਸਾਡੇ ਹੋ। ਮੈਨੂੰ ਇੱਕ ਸਵੇਰੇ ਇੱਕ ਪੱਤਰਕਾਰ ਨੇ ਜਵਾਬ ਪੁੱਛਿਆ ਕਿ ਜਿਹੜੇ ਕਿਸਾਨ ਵੀਰਾਂ ਦੀ ਮੌਤ ਹੋਈ ਹੈ, ਮੈਂ ਕਿਹਾ ਮੈਨੂੰ ਅਫਸੋਸ ਹੈ, ਉਹ ਕਿਸੇ ਦਾ ਭਾਈ ਸੀ, ਕਿਸੇ ਦੀ ਭੈਣ ਸੀ, ਮੇਰੇ ਬਜ਼ੁਰਗ ਸੀ। ਸੋ ਐਸੀ ਗੱਲ ਨਹੀਂ ਹੈ, ਠੀਕ ਹੈ ਵੀ ਜੇ ਕਿਤੇ ਅੱਜ ਤੋਂ ਪਹਿਲਾਂ ਜ਼ਿਆਦਾ ਬਿੱਲ ਨਹੀਂ ਸੀਗੇ ਉਦੋਂ ਤਾਂ ਅਸੀਂ ਇਕੱਠੇ ਹੀ ਸੀ, ਲੇਕਿਨ ਹੁਣ ਉਹ ਵਿਚਾਰਾਂ ਦੇ ਲੜਾਈ ਲੜੀ ਹੈ। ਲੇਕਿਨ ਮੈਂ ਫਿਰ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਤੁਹਾਡੀ ਗੱਲਬਾਤ ਨੂੰ ਉੱਪਰ ਜ਼ਰੂਰ ਪਹੁੰਚਾਊਂਗਾ। ਤੁਹਾਡੀ ਤਕਰੀਰ ਨੂੰ ਮੈਂ ਸੁਣਿਆ, ਉਹਨੂੰ ਮਹਿਸੂਸ ਕੀਤਾ, ਉਸ ਦਰਦ ਨੂੰ ਸਹਿ, ਔਰ ਉਹ ਦਰਦ ਕਿਸ ਤਰ੍ਹਾਂ ਦਾ ਹੁੰਦਾ ਮੈਂ ਆਪਣੇ ਸ਼ਬਦਾਂ 'ਚ ਬਿਲਕੁਲ ਬਿਆਨ ਕਰੂੰਗਾ। ਮੈਂ ਸਿਰਫ ਇੰਨੀਆਂ ਤੁਹਾਨੂੰ ਬੇਨਤੀਆਂ ਕਰ ਸਕਦਾ, ਤੁਹਾਡੇ ਸਭ ਦਾ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ, ਇਹ ਵੀ ਵੱਡੀ ਗੱਲ ਹੈ, ਇਹ ਵੀ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।